ਪੰਜਾਬ ਸਰਕਾਰ ਮੁਰਦਾਬਾਦ 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 ਹਰਜੋਤ ਸਿੰਘ ਬੈਂਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪ੍ਰਧਾਨ ਜੀ मेरा नाम कुलदीप सिंह है जी, पिंड कोम कलां। असीं सर टिप्परां वाले आ, ते साडे नाल ड्राइवरां दे ते बाकी जिन्ने भी राज मिस्त्री वगैरह पलंबर वगैरह सेंटरी वाले हो गए साडे नाल सारे बंदे हैगे जिहड़े अटैच ने। अज असीं कुल सिर्फ थोड़े जे लिमिटेड बंदे आए आ ताकि सिर्फ इत्थे ज्यादा भीड़ भाड़ ना होवे, कोरोना दा वी थोड़ा जिहा असीं ख्याल रखदे आ, उहदे करके थोड़े जे बंदे आए आ। असीं अज मंग करन आए आ गवर्नमेंट कोल, इहनां नूं मेमोरेंडम वी देण आए आ ਵੀ ਸਾਡਾ ਜਿਹੜਾ ਰੇਤੇ ਦਾ ਬਜਰੀ ਦਾ ਜਿਹੜਾ ਵੀ ਕੰਮ ਹੈ ਇਸ ਚੀਜ਼ ਨਾਲ ਸੰਬੰਧਿਤ ਉਹ ਚਲਾਇਆ ਜਾਵੇ। ਸਾਰੇ ਬੰਦੇ ਹੁਣ ਇਸ ਟਾਈਮ ਕੰਗਾਲੀ ਦੀ ਦੌਰ 'ਚ ਆ ਗਏ ਅਸੀਂ, ਅਤੇ ਸਾਡੇ ਕੋਲ ਕਿਸ਼ਤਾਂ ਪਹਿਲਾਂ ਨਹੀਂ ਭਰ ਹੋਈਆਂ, ਹੁਣ ਆ 2 ਮਹੀਨੇ ਤੋਂ ਕੰਮ ਬਿਲਕੁਲ ਬੰਦ ਪਿਆ, ਠੀਕ ਹੈ ਜੀ, ਅਤੇ ਉਸ ਕਾਰਨ ਅਸੀਂ ਬਹੁਤ ਪਰੇਸ਼ਾਨ ਹਾਂ। ਉਸ ਕੰਮ ਲਈ ਅਸੀਂ ਇੱਥੇ ਆਏ ਹੋਏ ਹਾਂ, ਆਪਣਾ ਮੰਗ ਪੱਤਰ ਦੇਣ ਲਈ ਆਏ ਹੋਏ ਹਾਂ। ਅਤੇ ਸਰਕਾਰ ਨੇ ਕਿਹੋ ਜਿਹੀ ਪਾਬੰਦੀਆਂ ਲਗਾ ਰੱਖੀਆਂ? ਬਿਲਕੁਲ ਹੀ ਬੰਦ ਆ ਜੀ, ਪਾਬੰਦੀ ਕਾਹਦੀ ਆ, ਕੋਈ ਖੱਡ ਨਹੀਂ ਚੱਲਦੀ, ਕੋਈ ਬਜਰੀ ਦਾ ਕੰਮ ਨਹੀਂ ਚੱਲਦਾ, ਅਤੇ ਅਸੀਂ ਇਸ ਗੱਲੋਂ ਬੜੇ ਪਰੇਸ਼ਾਨ ਹਾਂ। ਅਸੀਂ ਤਾਂ ਪਰੇਸ਼ਾਨ ਹਾਂ, ਟਿੱਪਰ ਵਾਲੇ ਅਸੀਂ ਕਿਸ਼ਤਾਂ ਦੇਣੀਆਂ, ਸਾਡੇ ਪਰਿਵਾਰ ਨੇ, ਸਾਡੇ ਨਾਲ ਡਰਾਈਵਰ ਨੇ, ਉਹਨਾਂ ਦੇ ਪਰਿਵਾਰ ਨੇ, ਅਤੇ ਸਾਡੇ ਨਾਲ ਗਾਹਾਂ ਰਾਜ ਮਿਸਤਰੀ ਜੁੜੇ ਨੇ, ਲੇਬਰ ਜੁੜੀ ਹੋਈ ਆ, ਸੈਂਟਰੀ ਵਾਲੇ ਹੋ ਗਏ, ਪਲੰਬਰ ਹੋ ਗਏ, ਬਿਜਲੀ ਵਾਲੇ ਹੋ ਗਏ, ਸਾਰੇ ਹੀ ਪਰੇਸ਼ਾਨ ਨੇ। ਵਿਚਾਰੇ ਦੁਕਾਨਦਾਰ ਜਿਹੜੇ ਵਿਚਾਰੇ ਗਾਹਾਂ ਲੈ ਲੈ ਵੇਚਦੇ ਨੇ, ਉਹ ਬੰਦੇ ਸਾਨੂੰ ਵਾਰ ਵਾਰ ਕਰਦੇ ਆ, ਸਾਨੂੰ ਗੌਰਮੈਂਟ ਦੱਸ ਹੀ ਨਹੀਂ ਰਹੀ। ਅਸੀਂ ਵਾਰ ਵਾਰ ਮੰਤਰੀ ਨੂੰ ਕਰ ਰਹੇ ਹਾਂ, ਹਰਜੋਤ ਬੈਂਸ ਨੂੰ ਪੁੱਛ ਰਹੇ ਹਾਂ ਵੀ ਦੱਸੋ ਕਦੋਂ ਚਲਾਓਗੇ, ਕੁਛ ਨਹੀਂ ਪਤਾ, ਅਤੇ ਅਸੀਂ ਪਰੇਸ਼ਾਨ ਹੋ ਕੇ ਹੁਣ ਆਖਰ ਹੁੰਦਾ ਅਸੀਂ ਸੜਕ 'ਤੇ ਬੈਠਣ 'ਤੇ ਆ ਗਏ। ਅੱਜ ਅਸੀਂ ਇਹਨਾਂ ਨੂੰ ਕਹਿਣਾ ਵੀ 24 ਘੰਟੇ ਦਾ ਅਲਟੀਮੇਟਮ ਦੇ ਕੇ ਜਾਣਾ, ਅਗਰ ਇਹ ਕੁਛ ਕਰਨਗੇ ਸਾਨੂੰ ਕੋਈ ਦੱਸਣਗੇ ਤਾਂ ਠੀਕ ਆ, ਨਹੀਂ ਕੱਲ੍ਹ ਤੋਂ ਅਸੀਂ ਰੋਲਾਂ 'ਤੇ ਬਹਿ ਜਾਂਗੇ, ਅੱਗੇ ਸਾਰਾ ਪੰਜਾਬ ਬੈਠੂਗਾ, ਆਲ ਪੰਜਾਬ ਜਿਹੜੀ ਟਿੱਪਰ ਯੂਨੀਅਨ ਆ ਉਹ ਇਹਦੇ ਨਾਲ ਅਸੀਂ ਸਾਰੇ ਸਹਿਮਤ ਹਾਂ। ਅਸੀਂ ਕੁਛ ਜਸਟ ਕੁਛ ਕੁ ਮੈਂਬਰ ਆਏ ਹਾਂ, ਕੱਲ੍ਹ ਤੋਂ ਅਸੀਂ ਸਾਰੇ ਹੀ ਆਵਾਂਗੇ, ਸਾਰਾ ਪੰਜਾਬ ਹੀ ਆਊਗਾ। ਫਿਰ ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਹਰਿੰਦਰਜੀਤ ਸਿੰਘ ਆ, ਪਿੰਡ ਕੋਮ ਕਲਾਂ ਤੋਂ ਬਿਲੋਂਗ ਕਰਦੇ ਹਾਂ ਜੀ। ਅਸੀਂ ਕੀ ਦਿੱਕਤ ਆ ਰਹੀ ਹੈ? ਦਿੱਕਤ ਜੀ, ਜਦੋਂ ਦੀ ਨਵੀਂ ਸਰਕਾਰ ਬਣੀ ਆ ਲੋਕਾਂ ਨੇ ਬੜੀ ਉਮੀਦਾਂ ਨਾਲ ਸਰਕਾਰ ਬਣਾਈ ਸੀ ਵੀ ਚਲੋ ਜੋ ਤਕਲੀਫਾਂ ਨੇ ਪਿਛਲੇ ਪਾਸੇ ਜੋ ਲੋਕਾਂ ਨੂੰ ਤੰਗੀਆਂ ਆਉਂਦੀਆਂ ਸੀਗੀਆਂ ਵੀ ਨਵੀਂ ਸਰਕਾਰ ਆਈ ਆ, ਬੜੀਆਂ ਉਮੀਦਾਂ ਸੀਗੀਆਂ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣਗੀਆਂ, ਪਰ ਇਹਨਾਂ ਨੇ ਜਦੋਂ ਦੀ ਸਰਕਾਰ ਬਣੀ ਆ ਸਾਡੀ ਮਾਈਨਿੰਗ ਦੀ ਪਾਲਿਸੀ ਨਹੀਂ ਬਣਾਈ, ਸਾਡੇ ਟਿੱਪਰ ਜਿਨ੍ਹਾਂ ਦੀਆਂ ਲੱਖ ਲੱਖ ਰੁਪਏ ਕਿਸ਼ਤਾਂ ਨੇ ਘਰੇ ਖੜ੍ਹੇ ਨੇ, ਬੈਂਕਾਂ ਵਾਲੇ ਸਾਨੂੰ ਫੋਨ ਕਰਦੇ, ਬੈਂਕ ਡਿਫਾਲਟਰ ਅਸੀਂ ਹੋਈ ਜਾਂਦੇ ਹਾਂ, ਅਤੇ ਡਰਾਈਵਰ ਸਾਡੇ ਭੁੱਖੇ ਮਰ ਰਹੇ ਨੇ, ਡਰਾਈਵਰ ਸਾਡੇ ਵੱਲ ਝਾਕਦੇ ਆ, ਡਰਾਈਵਰਾਂ ਦੇ ਪਰਿਵਾਰ, ਬਾਕੀ ਜਿਹੜੇ ਦੁਕਾਨਾਂ ਵਾਲੇ ਕੰਮ ਕਰਦੇ ਰੇਤੇ ਬਜਰੀ ਦਾ, ਜਿੰਨੇ ਮਿਸਤਰੀ ਨੇ ਉਹ ਸਭ ਸਾਨੂੰ ਪੁੱਛਦੇ ਵੀ ਸਾਡਾ ਕੰਮ ਕਿਉਂ ਚੱਲੂਗਾ। ਜੇ ਅਸੀਂ ਕਿਸੇ ਮੰਤਰੀ ਕੋਲ, ਕਿਸੇ MLA ਕੋਲ ਜਾਂਦੇ ਹਾਂ ਜਾਂ ਪੁੱਛਦੇ ਹਾਂ ਜੀ ਕੰਮ ਕਿਉਂ ਚੱਲੂਗਾ, ਬਾਈ ਤੁਹਾਡੀ ਪਾਲਿਸੀ ਬਣ ਰਹੀ ਆ, ਤੁਹਾਡੀ ਪਾਲਿਸੀ ਬਣ ਰਹੀ ਆ। ਅੱਜ ਅਸੀਂ SDM ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਵੀ ਜਿਹੜਾ ਸਾਡਾ ਮਸਲਾ ਵਾ ਇਹ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ, ਨਹੀਂ ਅਸੀਂ ਤਾਂ ਪਹਿਲਾਂ ਕਰੋਨਾ 'ਚ ਭੁੱਖੇ ਮਰ ਗਏ, ਸਾਡਾ ਕਰੋਨਾ 'ਚ ਕਿਸੇ ਨੇ ਨਹੀਂ ਹਾਲ ਪੁੱਛਿਆ, ਅਸੀਂ ਖੜੀਆਂ ਗੱਡੀਆਂ ਟੈਕਸ ਭਰੇ ਨੇ, ਉਸ ਤੋਂ ਬਾਅਦ ਨਵੀਂ ਸਰਕਾਰ ਆਈ ਹੈ, 2 ਮਹੀਨੇ 3 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਅਸੀਂ ਉਦੋਂ ਦੇ ਵੀ ਘਰ ਹੀ ਬੈਠੇ ਹਾਂ, ਲੱਖ ਲੱਖ ਰੁਪਇਆ ਕਿਸ਼ਤਾਂ ਹਰ ਮਹੀਨੇ ਅਸੀਂ ਕਿੱਥੋਂ ਦਈਏ, ਲੱਖ ਲੱਖ ਰੁਪਇਆ ਟਿੱਪਰਾਂ ਦੀਆਂ ਇੰਸ਼ੋਰਸ ਨੇ ਅਸੀਂ ਕਿੱਥੋਂ ਦਈਏ, ਜੇ ਸਾਡੇ ਟਿੱਪਰ ਚੱਲਣਗੇ ਤਾਂ ਇੰਸ਼ੋਰਸ, ਟਰਾਲੀਆਂ ਵਾਲੇ ਜਿਹੜੇ ਵਿਚਾਰੇ ਟਰਾਲੀਆਂ ਵਾਲੇ ਉਹ ਭੁੱਖੇ ਮਰਦੇ ਆ, ਅਤੇ ਇਸ ਕਰਕੇ ਸਰਕਾਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਵੀ 24 ਘੰਟੇ ਦੇ ਵਿੱਚ ਸਾਡੀ ਕੋਈ ਪਾਲਿਸੀ ਬਣਾ ਕੇ ਸਾਡਾ ਹੱਲ ਕੀਤਾ ਜਾਵੇ, ਸਾਡੀਆਂ ਗੱਡੀਆਂ ਚਲਵਾਈਆਂ ਜਾਣ, ਮਾਈਨਿੰਗ ਚਲਵਾਈ ਜਾਵੇ, ਇੱਕ ਗੱਡੀ ਭਰਨ ਜਾਂਦਾ 4-4 ਦਿਨ ਕਿਸੇ ਖੱਡ 'ਚ ਖੜੀ ਰਹਿੰਦੀ, ਉਹ ਤੋਂ ਬਾਅਦ ਇਹ ਨਹੀਂ ਪਤਾ ਉੱਥੇ ਰੇਡ ਪੈ ਜਾਵੇ, ਪੁਲਿਸ ਆ ਜਾਵੇ, ਪ੍ਰਸ਼ਾਸਨ ਆ ਜਾਵੇ, ਕਹਿ ਦਿੰਦੇ ਨਹੀਂ ਇਹ 2 ਨੰਬਰ 'ਚ ਫੜ ਕੇ ਗੱਡੀਆਂ ਦੇ ਪਰਚੇ ਦੇ ਦਿੰਦੇ ਨੇ, ਕਦੇ ਗੱਡੀਆਂ ਭਜਾ ਦਿੰਦੇ ਨੇ,
चार चार दिन सानू एक गड्डी मगर भर के पांच पांच हजार रुपया पर ड्राइवर का खर्चा पै रहा वा। फिर कहिंदे ने मार्केट च रेट क्यों बढ़ रहे हैं, पैंती पैंती चाली चाली रुपये रेता विक रहा मार्केट के। सरकार नूं सोचना चाहिए वा भी पहल के आधार से पॉलिसी बनानी चाहिए है, तो जिहड़े साडे टिप्पर ने ट्रालियां वाले जो इस तों नाल दे रुजगार ने चलाउणे चाहिए ने, नहीं असी 24 घंटिया बाद आपदे टिप्पर आपदियां ट्रालियां जो भी असी परिवारां समेत आ के रोडां ते बह जांगे उह भी असी मरे ही होए आ, मरन दी तदार ते बैठे हां असी, फिर असी बैठ के असी संघर्ष करके मरांगे रोड ते बैठ के, सानू उत्थे आ के मार देण जिन्हें मारना होया।